Sunday, oh, man.
जल केवल जल माई, जो जल में जल आए कटाना। एक लाइन कई बार साझी की है गुरु आखदे ने, सोचनी पै गई साडी निगाह विच जेड़ा बड़ा उत्तम पुरुष महान पुरुष होवे उहनूं असीं आखणे तां देवता है। जां दूजे लफ्ज़ां विच जेड़े देवी देवतियां नूं ज्यादा मानता दिंदे ने उह वीर उह विचारधारा वाले लोग देवत्यां दे नाम नाल भगवान शब्द भी वरतदे ने।
ਉਤੇ ਆਪਣਾ ਸਾਰਾ ਦਾਰੋਮਦਾਰੀ ਦੇਵੀ ਦੇਵਤਿਆਂ ਤੇ ਛੱਡਦੇ ਨੇ। ਉਹਨਾਂ ਨੇ ਜੋ ਕੁਝ ਮੰਗਣਾ ਹੁੰਦਾ ਦੇਵੀ ਦੇਵਤਿਆਂ ਕੋਲੋਂ ਮੰਗਦੇ ਨੇ, ਹੋਰ ਕਿਸੇ ਨੂੰ ਭਗਵਾਨ ਨੂੰ ਜਾਣਦੇ ਹੀ ਨਹੀਂ। ਉਹਨਾਂ ਨੇ ਦੇਵੀ ਦੇਵਤਿਆਂ ਦੇ ਖਜ਼ਾਨੇ ਹੀ ਨਿਸ਼ਚਿਤ ਕੀਤੇ ਨੇ ਵੀ ਜੇ ਕਿਸੇ ਨੇ ਵਿਦਿਆ ਪੜ੍ਹਨੀ ਹੈ ਤਾਂ ਸੁਰਸਤੀ ਦੇ ਦਰਬਾਰ ਵਿੱਚ ਜਾਵੇ, ਜੇ ਕਿਸੇ ਨੇ ਦੌਲਤ ਮਾਇਆ ਚਾਹੀਦੀ ਹੈ ਤਾਂ ਲਕਸ਼ਮੀ ਦੀ ਪੂਜਾ ਕਰੇ, ਜੇ ਕਿਸੇ ਨੇ ਦੁਕਾਨ ਖੋਲ੍ਹਣੀ ਹੈ ਆਪਣਾ ਕਾਰੋਬਾਰ ਖੋਲ੍ਹਣਾ ਹੈ। ਹਰ ਦੇਵਤਾ ਉਹਨਾਂ ਦਾ ਆਪਣਾ ਵੱਖਰਾ ਵੱਖਰਾ ਨਹੀਂ, ਸ਼੍ਰੀ ਗਣੇਸ਼ ਕਰੇ ਪੂਜਾ ਕਰੇ। ਜਿਹੜੇ ਆਪਣਾ ਜੀਵਨ ਦਾ ਸਾਰਾ ਕੁਛ ਦੇਵੀ ਦੇਵਤਿਆਂ ਤੇ ਨਿਰਭਰ ਕਰਦੇ ਨੇ, ਆਖਿਰ ਤਾਂ ਉਹਨਾਂ ਦੇ ਮਨ ਅੰਦਰ ਕੋਈ ਖਿਆਲ ਹੈ ਨਾ, ਉਹ ਸਮਝਦੇ ਨੇ ਵੀ ਦੇਵੀ ਦੇਵਤੇ ਭਗਵਾਨ ਵਰਗੇ ਨੇ, ਮੰਨਦੇ ਵੀ ਨੇ ਮਨ। ਪਰ ਕਿਹੜੀ ਅਜੀਬ ਗੱਲ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇੱਕ ਸਵਾਲ ਖੜਾ ਕਰ ਦਿੱਤਾ ਕਿ ਮੈਨੂੰ ਇੱਕ ਗੱਲ ਕਹਿਣੀ ਪੈ ਰਹੀ। ਅੱਜ ਕੱਲ੍ਹ ਬੜਾ ਇੱਕ ਲਫ਼ਜ਼ ਪ੍ਰਚਲਿਤ ਜਿਹਾ ਹੋ ਗਿਆ ਵੀ ਕੰਟਰੋਵਰਸੀ ਨਾ ਕਰੋ, ਵਿਚਾਰ ਜਿਹੜੀ ਹੈ ਖੋਜ ਜਿਹੜੀ ਉਹ ਹੁੰਦੀ ਕੰਟਰੋਵਰਸੀ ਤੋਂ, ਬਲਕਿ ਜਿੰਨੀ ਬਰੀਕ ਚੀਜ਼ ਦੀ ਖੋਜ ਕਰਨੀ ਹੋਵੇ ਨਾ ਉਹਨੂੰ ਬੜੇ ਧਿਆਨ ਨਾਲ ਖੋਜਣਾ ਪੈਂਦਾ ਹੈ। ਤੁਸੀਂ ਮੈਂ ਪਿਛਲੇ ਦਿਨਾਂ 'ਚ ਸਾਲ ਪਹਿਲੇ ਹਰਿਆਣੇ ਵਿੱਚ ਕੁਰਕਸ਼ੇਤਰ ਗਿਆ, ਉੱਥੇ ਵੀ ਇੱਕ ਪੁਰਾਣੇ ਥੇ ਨੂੰ, ਕਿਉਂਕਿ ਉਹ ਇਤਿਹਾਸਿਕ ਸ਼ਹਿਰ ਮੰਨਿਆ ਜਾਂਦਾ ਕੁਰਕਸ਼ੇਤਰ, ਕਿ ਮਹਾਭਾਰਤ ਦਾ ਯੁੱਧ ਉੱਥੇ ਹੋਇਆ ਪੁਰਾਤਨ ਇਤਿਹਾਸ ਦੇ ਮੁਤਾਬਕ, ਅਤੇ ਬੜਾ ਪੁਰਾਤਨ ਇਤਿਹਾਸਿਕ ਸ਼ਹਿਰ ਹੈ, ਇਸ ਲਈ ਉਹਦੀ ਖੋਜ ਹੋ ਰਹੀ ਹੈ ਵੀ ਇਹ ਇੱਥੇ ਕਿਹੜੀਆਂ ਕਿਹੜੀਆਂ ਚੀਜ਼ਾਂ ਕਦੋਂ ਦੀਆਂ ਨੇ ਉੱਥੇ, ਇੱਥੇ ਦੀ ਖੋਜ ਉਹਨਾਂ ਦੇ ਅੰਦਰ। ਮੈਂ ਵੀ ਗਿਆ ਉੱਥੇ, ਬੜੀਆਂ ਵੱਡੀਆਂ ਵੱਡੀਆਂ ਪੁਰਾਤਨ ਮਹੱਲਾਂ ਦੀਆਂ ਦੀਵਾਰਾਂ ਉੱਥੇ ਦੇਖੀਆਂ, ਅਤੇ ਨੇੜੇ ਕੈਂਪ ਲੱਗਾ ਹੋਇਆ ਸੀ, ਜਿਹੜੇ ਖੋਜ ਕਰਨ ਵਾਲੇ ਸਨ ਉਹਨਾਂ ਦੇ ਹੱਥ ਵਿੱਚ ਕੋਈ ਬਹੁਤ ਵੱਡੀਆਂ ਕਹੀਆਂ ਨਹੀਂ ਸਨ, ਘੱਟ ਘੱਟ ਕੇ ਦੇਖ ਰਹੇ, ਬੜੀ ਛੋਟੀ ਛੋਟੀਆਂ ਸਲਾਖਾਂ। ਉਹ ਕਹਿੰਦੇ ਸਨ ਜੇ ਵੱਡਾ ਹਥਿਆਰ ਵਰਤਿਆ ਤਾਂ ਹੋ ਸਕਦਾ ਕੋਈ ਕੀਮਤੀ ਚੀਜ਼ ਉਸ ਹਥਿਆਰ ਦੇ ਦਬਾਅ ਥੱਲੇ ਟੁੱਟ ਜਾਏ, ਸੰਗੀਤ ਗੁਆਚ ਜਾਏ। ਇਸ ਲਈ ਛੋਟੀਆਂ ਛੋਟੀਆਂ ਸਲਾਖਾਂ ਨਾਲ ਉਹ ਬਰੀਕ ਬਰੀਕ ਥਾਂ ਨੂੰ ਖੁਰਦ ਕੇ ਖਰੋਚ ਕੇ ਜਿਹੜੀ ਛੋਟੀ ਮੋਟੀ ਕੋਈ ਚੀਜ਼ ਵੀ ਉੱਥੇ ਹੋਣੀ ਉਹਨੂੰ ਲਿਫਾਫੇ ਵਿੱਚ ਪਾਉਣਾ ਅਤੇ ਪ੍ਰਿਜ਼ਰਵ ਕਰਨਾ, ਤਾਂ ਕਿ ਇਹਦੀ ਫਿਰ ਅੱਗੇ ਸਟੱਡੀ ਹੋਏਗੀ, ਖੋਜ ਹੋਏਗੀ। ਤਾਂ ਮੈਂ ਇੱਕ ਐਗਜ਼ਾਮਪਲ ਵਜੋਂ ਤੁਹਾਨੂੰ ਇਹ ਲਫ਼ਜ਼ ਹੱਡ ਬੀਤੀ ਦੇ ਦੱਸੇ, ਉਸੇ ਦਾ ਨਾਂ ਹੀ ਕੰਟਰੋਵਰਸੀ ਹੈ। ਜਦੋਂ ਅਸੀਂ ਕਿਸੇ ਚੀਜ਼ ਨੂੰ ਖੋਲ੍ਹਾਂਗੇ ਖੋਲ੍ਹਾਂਗੇ ਉੱਥੇ ਲਕੀਰ ਵੀ ਪੈਗੀ, ਉੱਥੇ ਚੋਗ ਵੀ ਹੋਏਗੀ। ਹੁਣ ਇਹਨੂੰ ਅਸੀਂ ਕਿਵੇਂ ਛੱਡ ਦਈਏ? ਉਸੇ ਕਿਉਂਕਿ ਮੈਂ ਉੱਥੇ ਇੱਕ ਲਫ਼ਜ਼ ਕੈਸਨ ਭਰਿਆ ਕਿ ਅਸੀਂ ਕੰਟਰੋਵਰਸੀ ਦੇ ਲਫ਼ਜ਼ ਨੂੰ ਇੰਨਾ ਮਾੜਾ ਬਣਾ ਦਿੱਤਾ ਜੋ ਅੱਜ ਬਣਾ ਦਿੱਤਾ ਗਿਆ ਹੈ, ਅਤੇ ਵਿਚਾਰ ਹੀ ਛੱਡ ਦਿਓ ਨੀਤੀ ਕੰਟਰੋਵਰਸੀ, ਅਤੇ ਫਿਰ ਤਾਂ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੀ ਵੀ ਔਖੀ ਹੋ ਜਾਏਗੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੀ ਵੀ ਔਖੀ ਹੋ ਜਾਏਗੀ। ਇੱਥੇ ਹਰ ਗੱਲ ਜਿਹੜੀ ਹੈ ਉਹ ਇੱਕ ਸਵਾਲੀਆ ਫਿਕਰ ਹੈ। ਹੁਣ ਆਹ ਦੇਖੋ, ਇੱਕ ਪਾਸੇ ਉਹ ਸਮਾਜ ਹੈ ਜਿਹੜਾ ਸਭ ਕੁਝ ਦੇਵੀ ਦੇਵਤਿਆਂ ਨੂੰ ਮੰਨੀ ਬੈਠਾ ਸਭ ਕੁਝ, ਤੇ ਇੱਕ ਪਾਸੇ ਗੁਰੂ ਇਹ ਲਫ਼ਜ਼ ਕਹਿ ਰਿਹਾ ਹੈ ਦੇਵਤਿਆਂ ਦਰਸ਼ਨ ਕੇ ਤਾਈ ਦੁੱਖ ਭੁੱਖ ਤੀਰਥ ਕੀ ਲਗੇ, ਰੱਬ ਨੂੰ ਮਿਲਣ ਦੀ ਖਾਤਰ ਰੱਬ ਨੂੰ ਦੇਖਣ ਦੀ ਖਾਤਰ ਦੇਵਤਿਆਂ ਨੇ ਵੀ ਬੜਾ ਜ਼ੋਰ ਪਾਇਆ, ਉਹਨਾਂ ਨੇ ਦੁੱਖ ਸਹਾਰੇ
जंगल विच रह भुखे रह तीर्थ यात्रावां कीतियां योगी जड़े सन उन्होंने योग धारण किए जंगलों में रहे परिवार त्यागे दुख सुख त्यागे बड़े बंधन में रहे जुगत में रहते एक बंधन जिंदे तो बाहर नहीं निकल सकता पर वे पेख भी धारण किए कह लगे तो कारण साहिबा रंग रत्ते सारे इस रंग लै के तुरे सन भी तेनू देखना पर मुश्किल बन गई सारे फेल हो गए क्योंकि तेरे नाम अनेका रूप अनंत कह न जाई तेरे गुण कीते कंट्रोल सी है ना एक पासे कोई समाज कहता हो बड़ी शक्तिशाली शक्ति ने एक पासे गुरु आखदा है असफल हो गए इनका मतलब जे देवते भी असफल हो गए रब नू नहीं मिल सके अपने कार्य विच सफल ना हो ते फिर मिलन विच रुकावट की है लोग ऐसे रोकना है आ बाबा कबीर जी का एक श्लोक जेड़ा इन्हें बिल्कुल ऐसे मसले नू हल कीता है जिन्हों मिलन लई देवी देवते जोर लाउंदे रहे इथों तक गुरबाणी ने आख्या कवन दर कहिए कवन दर कहिए दरा भीतर दर कवन लहे दर कारण फिरा उदासी सो दर कोई आए करे मैंने कुछ दसे तेरा दर तेनू मिलना तक रह गया तेरे घर का दर ही मैनू दस दे वे जिन्हें देखे हो मुश्किल है ना जे एडी मुश्किल गल है तो आखिर क्यों बस इतने क्यों खड़ोना है बाबा कबीर ने भी बड़ा खूबसूरत सवाल खड़ा किया कहते जे सारे रब नू मिलना चाहते हैं फिर मिलाप क्यों ने ये भी कहते ने रब नेड़े मिलाप क्यों ने इस गल का जवाब है बाबा कबीर जी का अज का इस श्लोक कहते ने रब नू ना मिल सकन का कारण है अपनी होंद लो इतने रुकना चाहना होंद की है और मैं भी कोई आ मनुख अपनी होंद नहीं गवा लिया देवते भी हर एक देवता अपनी वक्री होंद कायम करके बैठा मैंने अर्थ की थी लक्ष्मी ने आख्या जे किसी को दौलत चाहिए मेरे दरवाजे से आ जाए किसी विद्या चाहिए सरस्वती ने आख्या मेरे दरवाजे तैयार अपनी अपनी होंद कायम करके बैठे ते जिन्नी देर मनुख अपनी होंद कायम करके बैठा है उसी का ना हो मैं आ कुछ हाँ मेरी अपनी होंद है हम बाबा कबीर कहने ने एक निरंकार ऐसा है जिन्हें अपनी होंद नहीं कम वक्री कायम की जिन्नी समाज अंदर जिन्ने भेख ने ये सारे एक होंद की निशानी ने जिन्ना टकराव है जिन्नी ईरखा है जिन्निया दुश्मनियां ने जिन्निया परेशानियां ने सारिया होंद ते खलोतियां ने जे मैं तीर्थ यात्रा की ते मेरे इस्लाम नू खतरा है जे मैं काबे चला गया मेरे हिंदूपन नू खतरा है वो कहता मैं जगन्नाथपुरी दे मंदिर नहीं जाना वो कहता मैं काबे दी मस्जिद विच नहीं जाना क्यों क्योंकि मेरा हरी जिहड़ा दक्षिण विच रहिंदा है जगन्नाथपुरी विच
मेरा अल्लाह जड़ा है वो पछो में रहता है काबे विच, मैं दूजे पासे नहीं जा सकता। तो गुरु कहता दखन दे साही का वासा पछम अलो मुकामा दिल में खोज दिलो दिल खोजो है। कंट्रोवर्सी ना हुई सोचो, गुरु आखिर नहीं दिल में खोज दिलो दिल क्यों काबे दी मस्जिद जगन्नाथपुरी के मंदिर वाल चाकना है अंदर ही देख ले। एक सवाल है के हुण अंदर की देखा अंदर बैठी है हुण। मैं एक बार की थी सी एक ख्याल करियो हुण भी केडी बलवान है रब कहंदा पहला हुण नूं कढ फिर मैं आवांगा हुण मैं नावे नाल फिरोंदा है दोए ना बसे एक छाए नाम कहंदा पहला हुण कढ अंदरों तां मैं अंदर आवांगा। ओदी एक शर्त पर हाँ दी शर्त भी कोई नहीं। वो कहती तू वाहगुरु करी चल तू नाम जपी चल मैं आप ही आ जावांगी मैं रोक कोई नहीं सकता। मैं ये कह के आ जावांगी कि मेरे वर्गा माला फेरन वाला कोई नहीं मेरे वर्गा नाम जपने वाला कोई नहीं। ये तो 8 बजे उठे मैं 3 बजे उठ के बैठ के नाम जप लगा वो ये कह के आ जाएगी। ये 3 बाणियों का पाठ करता मैं 5 का करना करना मैं 70 का करना ये भी हो है ना। इसलिए हमें इनी परवान है कि वो कहती है मैनू नाम की परवाह नहीं तू वाहगुरु करी चल मैं आ जावांगी मैनू कोई रोक सकता पर नाम कहता भी पहला इन कल मैं ता आवांगा जो पर की है। हम देखना इस गल है कि हमें इनी बलवान है मनुख की होंद की निशानी है मनुख की जिनी होंद है जिन्होंने असं आइडेंटिटी कहने अपनी हर कोई बनाई बैठा एक उदासी है नाम तो उदासी है पर उदासी के कपड़े पगबई होने चाहिए नहीं तो पता नहीं लगना है उदासी है अपनी होंद कैम की बैठा ना ना उदासी है उदासी का मतलब तो छड़ दिता है जिन्हें अपनी होंद गवा दी है पर होंद गुआई नहीं होंद बना रही है। जिन्निया संपर्दावान ने उन्हां दी अपनी होंद है आज जिन्ना टकराओ है सारा अपनी होंद दा है ते होंद जड़ी है होंद ते खड़ी है होंद दा मतलब ही होंद है हुण निरंकार ते संसार विच फर्क की लो थोड़ी जी गल्लां पांच विचारनियां टॉपिक ही ऐसा गंभीर है। निरंकार ते संसार विच फर्क की है संसार जेड़ा है वो अपनी होंद कायम कीती बैठा है इत्थे हर एक चीज दी होंद है स्पीकर है माइक्रोफोन माइक्रोफोन हारमोनियम है हारमोनियम इन किसी ने तबला नहीं आखना ये अपनी होंद है ये तबला है इनू किसी ने हारमोनियम नहीं आखना इनकी अपनी होंद है हर एक व्यक्ति की अपनी होंद है। नाम ही इसलिए रखा गया है ताकि मैनू जो कोई बुलावे तो किसी को कन्फ्यूज भुलेखा ना पवे कि किनू बुला रहे मेरी अपनी होंद है अंदर हर एक चीज का नाम क्यों मनुख की अपनी चीज हर वस्तु की अपनी होंद है चेयर चेयर है टेबल टेबल संसार की हर एक चीज जड़ी है वो होंद ते खलोती है अपनी उंदी होंद है पर अजीब घटना यह है निरंकार होंद ते नहीं खलोता वो निर्गुण है उन्होंने निरंकार ही क्यों आखते हैं क्योंकि उनका आकार कोई नहीं उन्हें अपनी कोई वक्री होंद नहीं कहती थी वो कहना मैं तेरे बच भी बस सकना तेरे बच भी रह सकना तेरे बच भी रह सकना पर मैं वक्रा अपने आप को बिल्कुल नहीं बना के एक मूर्ति बना के रख सकता। हूँ मनुख रब न वखरा वेखना चाहता रब वखरा है नहीं और तेरे मेरे बिच है
ਤੇ ਜਦੋਂ ਤੇਰੇ ਮੇਰੇ ਵਿੱਚ ਰਹਿ ਗਿਆ ਉਹਦੀ ਆਪਣੀ ਹੋਂਦ ਖਤਮ ਹੋ ਗਈ। ਜਿਹੜੀ ਚੀਜ਼ ਦੀ ਆਪਣੀ ਹੋਂਦ ਹੈ ਉਹ ਕਦੀ ਹਮੇਸ਼ਾ ਨਹੀਂ ਰਹਿੰਦੀ, ਇਸੇ ਲਈ ਉਹ ਅਕਾਲ ਪੁਰਖ ਹੈ, ਕਾਲ ਤੋਂ ਰਹਿਤ ਹੈ, ਕਿਉਂਕਿ ਉਹਦੀ ਆਪਣੀ ਵੱਖਰੀ ਹੋਂਦ ਕੋਈ ਨਹੀਂ। ਇਸੇ ਲਈ ਉਹ ਨਿਰਅਕਾਰ ਹੈ ਕਿਉਂਕਿ ਆਪਣੀ ਉਹਦੀ ਵੱਖਰੀ ਹੋਂਦ ਕੋਈ ਨਹੀਂ, ਉਹਨੇ ਬਣਾਈ ਨਹੀਂ, ਬਲਕਿ ਉਹਦੀ ਚਿਰੰਜੀਵਤਾ ਉਹਦਾ ਆਦਿ ਸੱਚ, ਜੋ ਆਦਿ ਸੱਚ ਹੈ ਵੀ ਸੱਚ, ਨਾਨਕ ਉਹ ਸੀ ਵੀ ਸੱਚ, ਹੋਣਾ ਹੀ ਇਸ ਗੱਲ ਤੇ ਨਿਰਭਰ ਹੈ ਕਿਉਂਕਿ ਉਹਦੀ ਹੋਂਦ ਕੋਈ ਨਹੀਂ, ਉਹਨੇ ਆਪਣੀ ਵੱਖਰੀ ਹੋਂਦ ਬਿਲਕੁਲ ਨਹੀਂ ਬਣਾਈ, ਬਣਾਈ ਕੋਈ ਵੀ ਆ ਸ਼ਕਲ ਰੱਬ ਦੀ ਹੈ, ਰੱਬ ਦਾ ਹੈ, ਆ ਬੋਲੀ ਰੱਬ ਦੀ ਹੈ। ਜੇ ਇੱਕ ਬੋਲੀ ਰੱਬ ਦੀ ਹੋ ਜਾਏ ਤੇ ਬਾਕੀ ਬੋਲੀਆਂ ਵਾਲੇ ਕਿੱਧਰ ਜਾਣ। ਉਹਨੇ ਆਪਣੀ ਕੋਈ ਵੱਖਰੀ ਹੋਂਦ ਨਹੀਂ ਬਣਾਈ। ਹਾਂ, ਸਾਰੀਆਂ ਬੋਲੀਆਂ ਬੋਲਣ ਵਾਲਿਆਂ ਦੇ ਵਿੱਚ ਰਹੀ ਜਾਂਦਾ, ਪਰ ਬਿਨਾਂ ਹੋਂਦ ਤੋਂ ਆਪਣੀ ਵੱਖਰੀ ਹੋਂਦ। ਹਰ ਤਰ੍ਹਾਂ ਦੇ ਰੰਗ ਪਹਿਨਣ ਵਾਲੇ ਕੱਪੜਿਆਂ ਦੇ ਰੰਗ ਪਹਿਨਣ ਵਾਲਿਆਂ ਦੇ ਵਿੱਚ ਰਹੀ ਜਾਂਦਾ, ਪਰ ਉਹਨੇ ਆਪਣਾ ਕੋਈ ਰੰਗ ਵੱਖਰਾ ਨਿਸ਼ਚਿਤ ਨਹੀਂ ਕੀਤਾ। ਅਸੀਂ ਆਪਣੇ ਰੰਗ ਸਭੇ ਨਾਰਾਇਣ ਨੇ, ਸਾਰਿਆਂ ਦੇ ਵਿੱਚ ਉਹਦੀ ਆਪਣੀ ਵੱਖਰੀ ਹੋਂਦ ਨਾ ਹੋਣਾ ਹੀ ਉਹਦੀ ਵਡਿਆਈ ਹੈ। ਜਿਸ ਦਿਨ ਉਹਦੀ ਆਪਣੀ ਵੱਖਰੀ ਹੋਂਦ ਦਾ ਮਸਲਾ ਆ ਗਿਆ, ਫਿਰ ਤੇ ਸਾਨੂੰ ਉਹ ਗੱਲ ਆ ਜਾਣੀ ਹੈ, ਫੋਟੋ ਖਿੱਚ ਕੇ ਲੋਕਾਂ ਨੂੰ ਦਿਖਾਉਣੀ ਪੈਣੀ ਹੈ ਰੱਬ ਕਿਹੋ ਜਿਹਾ, ਰੱਬ ਕਿਹੋ ਜਿਹਾ। ਸ਼ਬਦ ਗੁਰਬਾਣੀ ਦਾ ਇੱਕ ਵਾਰ ਆਇਆ, ਪੁੱਛੋ ਸੰਤ ਮੇਰੋ ਠੱਕ ਕੈਸਾ, ਦੱਸੋ ਮੇਰਾ ਰੱਬ ਕਿਉਂ ਜੀ ਕਿਉਂ ਅਰਾਪੋ ਦੇਹੋ ਸੰਦੇਸਾ, ਦੇਹੋ ਸੰਦੇਸਾ ਪ੍ਰਭ ਜੀਓ ਕੈਸਾ, ਕਹਿ ਮੋਹਨ ਪਰਵੇਸਾ। ਮੈਨੂੰ ਦੱਸੋ ਕਿ ਮੇਰਾ ਰੱਬ ਕਿਉਂ ਜੀ ਹੈ, ਉਹ ਕਿੱਥੇ ਰਹਿੰਦਾ ਹੈ, ਉਹਦਾ ਕੋਈ ਐਡਰੈਸ, ਕਿਉਂਕਿ ਉਹਦੀ ਸ਼ਕਲ ਮੁਹਾਂਦਰਾ, ਉਹਦੇ ਕੱਪੜੇ ਪਹਿਨਣ ਦਾ, ਉਹਦੇ ਰਹਿਣ ਸਹਿਣ ਦਾ ਕੋਈ ਆਖਰ ਅੰਦਾਜ਼ਾ ਮੈਨੂੰ ਵੀ ਲੱਗੇ ਮੇਰਾ ਰੱਬ ਕਿਹੋ ਜਿਹਾ। ਮੈਂ ਤੈਨੂੰ ਰੱਬ ਪੂਜੀ ਜਾਣਾ, ਰੱਬ ਰੱਬ ਕਰੀ ਜਾਣਾ, ਰੱਬ ਮੈਨੂੰ ਦੇਖਿਆ ਅੱਜ ਤੱਕ ਨਹੀਂ। ਗੁਰਬਾਣੀ ਗੁਰੂ ਕਹਿੰਦੇ ਦੇਹੋ ਸੰਦੇਸਾ ਪ੍ਰਭ ਜੀਓ ਕੈਸਾ, ਲਾਈਨਾਂ ਵਿੱਚ ਜਵਾਬ ਹੈ, ਅੰਗ ਅੰਗ ਸੁਖਦਾਈ ਪੂਰਨ ਬ੍ਰਹਮਾਈ ਥਾਨ ਥਨੰਤਰ ਦੇਸਾ। ਉਹ ਮਾਲਿਕ ਅੰਗ ਅੰਗ ਵਿੱਚ ਰਹਿੰਦਾ ਹੈ, ਥਾਂ ਥਾਂ ਤੇ ਰਹਿੰਦਾ ਹੈ, ਜਿੰਨਾ ਸੁਖ ਹੈ ਨਾ ਦੁਨੀਆਂ ਦਾ, ਸੁਖ ਰੂਪੀ ਵਿਚਾਰਧਾਰਾ, ਸੁਖ ਰੂਪੀ ਸੁਭਾਅ, ਉਹ ਸਾਰਾ ਉਸ ਸੁਖੀ ਕੋਲੋਂ ਮਿਲਿਆ ਹੈ। ਉਹਦੇ ਨਾਲੋਂ ਟੁੱਟ ਕੇ ਦੁਨੀਆ ਦਾ ਹਰ ਮਨੁੱਖ ਕੁਮਰਾ ਜਾਂਦਾ ਦੁੱਖਾਂ ਵਿੱਚ, ਉਹਦਾ ਟਿਕਾਣਾ ਵੀ ਹੋਰ ਵੱਖਰਾ ਕੋਈ ਨਹੀਂ, ਥਾਂ ਥਣੰਤਰ ਹਰ ਥਾਂ ਤੇ ਹਰ ਥਾਂ ਹੀ ਉਹਦਾ ਟਿਕਾਣਾ ਹੈ। ਹੁਣ ਦੇਖਣਾ ਹੈ ਵੀ ਉਹਨੇ ਆਪਣਾ ਵੱਖਰਾ ਟਿਕਾਣਾ, ਵੱਖਰਾ ਰੰਗ ਰੂਪ, ਵੱਖਰੀ ਸ਼ਕਲ, ਵੱਖਰਾ ਬਾਣਾ ਭੇਖ ਕਿਉਂ ਨਹੀਂ ਬਣਾਇਆ, ਕਿਉਂ ਨਹੀਂ ਬਣਾਇਆ? ਕਿਉਂਕਿ ਬਣਾਉਣ ਵਾਲਿਆਂ ਨੂੰ ਤਾਂ ਆਪਣੀ ਹੋਂਦ ਦਾ ਫਿਕਰ ਸੀ, ਜੇ ਮੇਰਾ ਘਰ ਨਾ ਹੋਇਆ ਮੇਰੀ ਹੋਂਦ ਕਿਵੇਂ ਰਹੇਗੀ, ਜੇ ਮੇਰਾ ਆਪਣਾ ਬਾਣਾ ਨਾ ਹੋਇਆ ਮੇਰੀ ਹੋਂਦ ਕਿਵੇਂ ਕਰਿਆ ਰਹੇਗੀ। ਅੱਜ ਅਸੀਂ ਸਾਰਾ ਕੁਝ ਇਸੇ ਗੱਲ 'ਤੇ ਲੜ ਰਹੇ ਹਾਂ ਨਾ, ਜਿੰਨਾ ਇੱਕ ਤਰ੍ਹਾਂ ਬਾਬਾ ਕਬੀਰ ਜੀ ਤਾਂ ਜਦੋਂ ਸ਼ਲੋਕ ਮੇਰੇ ਸਾਹਮਣੇ, ਮੈਂ ਹੈਰਾਨ ਹੋਇਆ ਕਿੱਡੀ ਗੰਭੀਰ ਗੱਲ ਕਰ ਦਿੱਤੀ ਮੈਂ, ਕਿ ਇੱਥੇ ਹੋਂਦ ਹੀ ਖਤਮ ਹੋ ਗਈ ਤੇ ਸਾਡੀ ਤਾਂ ਲੜਾਈ ਹੈ ਜੋ ਹੁੰਦੀ ਹੈ। ਦੁਨੀਆਂ ਅੰਦਰ ਜਿੰਨੇ ਇਖਤਲਾਫ ਨੇ ਸਾਰੇ ਹੋਂਦੇ ਨੇ, ਜਿੰਨੇ ਝਗੜੇ ਨੇ ਸਾਰੇ ਹੋਂਦੇ ਨੇ।
रब ने अपनी होंद नहीं कायम की ना उन्हें अपना कोई वखरा मंदिर बनाया मैं इस मंदिर में रहना है मैं इस गुरुद्वारे में रहना है मैं इस व्यक्ति में रहना है मैं हिंदू में रहना है कि मैं मुसलमान में रहना है मैं ईसाई में रहना है कि मैं पारसी में रहना है ना कोई मसला नहीं मैं काले में रहना है कि मैं गोरे में रहना है कोई मसला नहीं क्यों इसलिए क्योंकि रब नु अपनी होंद बनाने का शौक नहीं फर्क है निरंकार ही इसलिए क्योंकि उसका आकार कोई नहीं होंद कोई नहीं वक्री होंद रब की वक्री होंद निश्चित करना ही सब तो बड़ी गलती है और जिन्ना जोर लगा होया जिस गल का गुरु नानक ने आके खंडन किया वो इसी क्योंकि ब्राह्मण मैनू कहना पैंदा ब्राह्मण रब की वक्री होंद कायम करना चाहता सी भावें उन्हें कोलो वक्री होंद बनाने लई कोई साधन नहीं सी उन्हें पत्थर का ही रब बना लिया आसान सी असी फोटो ते पेपर ते उथे रब अपने अपने बना लिया अपनी अपनी मूर्त बना लिया मसला तो यह है कि साडे कोल रब बनाने का साधन कोई नहीं असी अपनी मर्जी दी शक्ल बना ली है निरंकार ने आखिया नहीं मैनू होंद नहीं चाहिए मैं तुहाडे विच जज्ब हो के जोत रूप बन के बैठना चाहना बिना देखे जिथे मैं कोई पछाण ना सके मैं सारे रही जाना मैं कोई पछाण नहीं सकता सारे रहना लोगों की जिड़ी ये गल सी ना उन्होंने चिरंजीव कर दिता ये फोटो होंगी कुछ समय बाद फाड़ के कलंजर सुट दिता जाता हूँ जेड़ा अंदर बैठा रब दिसदा ही नहीं कोई पुराना किवें आखे पुराना तो उसे ने होना जिहड़ी चीज दिसदी है इसलिए रब पुराना भी नहीं हुंदा सच पुराना होवे ना ही सीता कदे ना पट गुरबाणी ने हुण नतीजा यह है कि उनका मिलाप क्यों नहीं हो रहा जित्थों आपां चले सी ਸਾਰਿਆਂ ਦੇ ਅੰਦਰ ਰਹਿੰਦਾ ਹੈ ਦੁਨੀਆਂ ਰੱਬ ਰੱਬ ਕਰਦੀ ਵੀ ਹੈ ਰੱਬ ਨੂੰ ਦੇਖਣਾ ਵੀ ਚਾਹੁੰਦੀ ਹੈ ਫਿਰ ਕੀ ਕਾਰਨ ਹੈ ਰੱਬ ਮਿਲ ਕਿਉਂ ਨਹੀਂ ਰਿਹਾ ਕਿਉਂਕਿ ਉਹ ਅਦਿੱਖ ਹੈ ਅਤੇ ਸਾਰਿਆਂ ਦੇ ਅੰਦਰ ਰਹਿੰਦਾ ਹੈ ਉਹਨੇ ਆਪਣੀ ਹੋਂਦ ਗਵਾ ਲਈ ਉਹਨੇ ਆਖਿਆ ਮੈਨੂੰ ਬਿਲਕੁਲ ਸ਼ੌਕ ਨਹੀਂ ਆਪਣੀ ਵੱਖਰੀ ਹੋਂਦ ਬਣਾਉਣ ਦਾ ਪਰ ਮਨੁੱਖ ਜਿਹੜਾ ਇਹ ਹੋਂਦ 'ਤੇ ਖਲੋਤਾ ਹੈ ਹੁਣ ਇਹਦਾ ਉਹਦਾ ਮਿਲਾਪ ਕਿਵੇਂ ਹੋਵੇ ਮਿਲਾਪ ਕਿਵੇਂ ਹੋਵੇ ਬਾਬਾ ਕਬੀਰ ਜੀ ਦਾ ਹੁਣ ਸਲੋਕ ਪੜ੍ਹੋ ਕਿਉਂਕਿ ਗੁਰਬਾਣੀ ਜਦੋਂ ਸਮਝ ਕੇ ਫਿਰ ਪੜ੍ਹੀਏ ਫਿਰ ਸਵਾਦ ਆਉਂਦਾ ਹੈ ਹੁਣ ਇਸੇ ਤੁਕ ਨੂੰ ਫਿਰ ਪੜ੍ਹੋ ਰੱਬ ਨੂੰ ਮਿਲਣ ਦੀ ਤਾਂਘ ਰੱਖਣ ਵਾਲਾ ਰੱਬ ਨਾਲ ਪਿਆਰ ਕਰਨ ਵਾਲਾ ਰੱਬ ਨੂੰ ਕਿਵੇਂ ਮਿਲੇ बाबा कबीर जी ने एवं नहीं कह दिता कह लगे आप तो जाए चढ़े सिंघासन मिल है सारंग पानी राम कबीरा एक भय है कोई ना सके पछाणी ਕਿ ਦੋਨੋਂ ਬਰਨ ਉਹ ਦਿੱਤੀ ਉਹਨੇ ਬਰਨ ਪਹਿਲਾਂ ਛੱਡ ਦਿੱਤੀ ਸੀ ਮੈਂ ਵੀ ਬਰਨ ਛੱਡ ਦਿੱਤੀ ਹੁਣ ਕਬੀਰ ਦੀ ਵੀ ਕੋਈ ਬਰਨ ਨਹੀਂ ਕਬੀਰ ਛ ਨਾ ਮਛਾੜ ਨਾ ਛਾਪਰੀ ਨਾ ਮੈਂ ਘਰ ਨਾ ਗਰਾਓ ਮਾਤਾ ਨੇ ਪੁੱਛੇ ਕੌਣ ਹੈ ਮੇਰੇ ਜਾਤ ਨਾ ਉਹ ਕੁਝ ਵੀ ਨਹੀਂ ਮੇਰਾ ਵੀ ਕੁਝ ਨਹੀਂ ਹੁਣ ਜਿਸ ਦਿਨ ਆਪਣੀ ਹੋਂਦ ਵੱਖਰੀ ਹਾਂ ਵਿੱਚੋਂ ਕੱਢੇਗਾ ਨਹੀਂ ਹਾਂ ਇੱਕ ਦੀਵਾਰ ਬਣ ਗਈ ਹਾਂ ਹਾਂ ਭੀਤ ਭਇਓ ਹੈ ਬੀਚੋ
ਭੀਤ ਕਰਨ ਦੀਵਾਰ ਨੂੰ ਮੇਰੇ ਤੇ ਮੇਰੇ ਰੱਬ ਦੇ ਦਰਮਿਆਨ ਵਿੱਚ ਹਾਂ ਹਾਂ ਦੀ ਆਪਣੀ ਹੋਂਦ ਦੀ ਇੱਕ ਦੀਵਾਰ ਬਣ ਗਈ ਹੈ ਤੇ ਰੱਬ ਤਾਂ ਨੇੜੇ ਸੀ ਪਰ ਮਿਲ ਨਹੀਂ ਰਿਹਾ। ਸੁਣਤ ਦੇਸ਼ ਨਿਕਟ ਆਇਓ, ਰੱਬ ਨਿਕਟ ਰਹਿੰਦਾ ਸੀ ਨੇੜੇ ਰਹਿੰਦਾ ਸੀ ਪਰ ਮਿਲਾ ਆਪਣੀ ਹੋ ਰਿਹਾ। ਕਿਉਂ? ਕਿਉਂਕਿ ਉਹ ਆਪਣੀ ਹੋਂਦ ਨੂੰ ਵੱਖਰੀ ਹੋਂਦ ਨੂੰ ਪਸੰਦ ਨਹੀਂ ਕਰਦਾ। ਤੂੰ ਆਪਣੀ ਵੱਖਰੀ ਹੋਂਦ ਬਣਾਈ ਬੈਠਾ ਹੈ, ਤੇਰਾ ਉਹਦਾ ਸੁਭਾਅ ਹੀ ਨਹੀਂ ਮਿਲ ਰਿਹਾ। ਲੈ ਤੂੰ ਵੀ ਆਪਣੀ ਵੱਖਰੀ ਹੋਂਦ ਗਵਾ, ਵੱਖਰੀ ਹੋਂਦ ਗਵਾ। ਬਾਬਾ ਕਬੀਰ ਜੀ ਨੇ ਵੀ ਨਹੀਂ ਕਰਤਾ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਹੋ ਆਪਾ ਪਰ ਕਾ ਮਿਟ ਗਿਆ ਜਬ ਦੇਖਣ ਤੱਕ ਤੂੰ, ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਜਾ ਕੇ ਇੱਕ ਲਫ਼ਜ਼ ਬਾਬਾ ਕਬੀਰ ਜੀ ਨੇ ਹੋਰ ਵੀ ਬਾਬਾ ਰਮਦਾਸ ਜੀ ਨੇ ਵੀ ਆਖਤੇ, ਕਹਿਣ ਲੱਗੇ ਕਣਕ ਕਟਕ ਜੈਸੇ ਭੂਲ ਪਰੇ, ਅੰਡਲ ਅਗਮ ਜੈਸੇ ਲਹਿਰ ਮੈਂ ਉਦਤ ਜਲ ਕੇਵਲ ਜਲ ਮਾਨੀ। ਜਿਵੇਂ ਹਵਾ ਪਵਨ ਜਿਹੜੀ ਹੈ ਉਹ ਜਦੋਂ ਜ਼ਿਆਦਾ ਸ਼ਕਤੀਸ਼ਾਲੀ ਹੋਵੇ ਪਾਣੀ ਨੂੰ ਦੇ ਵਿੱਚੋਂ ਲਹਿਰਾਂ ਉੱਠਦੀਆਂ ਨੇ। ਹੁਣ ਪਾਣੀ ਵਿੱਚੋਂ ਲਹਿਰਾਂ ਉੱਠੀਆਂ ਦਿਸਦੀਆਂ ਨੇ, ਉਹਨਾਂ ਦੀ ਆਪਣੀ ਹੋਂਦ ਹੈ, ਆਪਣੀ ਹੋਂਦ ਹੈ। ਪਰ ਆਪਣੀ ਹੋਂਦ ਵਾਲੀਆਂ ਲਹਿਰਾਂ ਜਿਹੜੀਆਂ ਨੇ ਉਹ ਕੋਈ ਬਹੁਤ ਹੀ ਦੇਰ ਰਹਿੰਦੀਆਂ ਨੇ। ਲਹਿਰ ਤਾਂ ਮਰੇਗੀ, ਪੈਦਾ ਹੋਈ ਹੈ ਖਤਮ ਹੋਏਗੀ, ਪਾਣੀ ਤਾਂ ਖਤਮ ਨਹੀਂ ਨਾ ਹੋਏਗਾ। ਲਹਿਰ ਖਤਮ ਹੋ ਜਾਂਦੀ ਹੈ ਪਾਣੀ ਰਹਿੰਦਾ, ਪਾਣੀ ਨਹੀਂ ਖਤਮ ਹੁੰਦਾ। ਲਹਿਰ ਉੱਠੀ ਸੀ ਖਤਮ ਹੋ ਗਈ, ਕਿਉਂ? ਕਿਉਂਕਿ ਉਹਦੇ ਵਿੱਚ ਹਉਮੈ ਆ ਗਈ, ਹਵਾ ਆ ਗਈ। ਉਸ ਹਵਾ ਦੇ ਦਬਾਅ ਨਾਲ, ਤੇਜ਼ ਹਵਾਵਾਂ ਚੱਖਣ ਨਾਲ, ਤੂਫਾਨ ਨਾਲ ਪਾਣੀ ਵਿੱਚੋਂ ਇੱਕ ਲਹਿਰ ਬਣ ਕੇ ਵੱਖਰੀ ਹੋਂਦ ਆਪਣੀ ਕਾਇਮ ਕਰ ਲਈ। ਉਸ ਪਾਣੀ ਦੇ ਜੇ ਹਿੱਸੇ ਨੇ, ਪਰ ਉਹ ਪਾਣੀ ਦਾ ਹਿੱਸਾ ਜਿਹੜਾ ਲਹਿਰ ਬਣਿਆ ਉਹ ਖਤਮ ਹੋ ਗਿਆ, ਪਾਣੀ ਜਿਉਂਦਾ ਰਹਿ ਗਿਆ, ਪਾਣੀ ਨਹੀਂ ਮਰਿਆ। ਜਲ ਕੇਵਲ ਜਲ ਮਾਈ। ਅਗਲੇ ਪਾਸੇ ਫਿਰ ਐਗਜ਼ਾਮਪਲ ਤੇ ਕਹਿਣ ਲੱਗੇ, ਸੋਨੇ ਵਿੱਚੋਂ ਕੜਾ ਬਣਿਆ, ਛਾਪ ਬਣੀ, ਹੋਰ ਚੀਜ਼ਾਂ ਬਣੀਆਂ, ਹਾਰ ਬਣਿਆ, ਇਹਨਾਂ ਦੀ ਆਪਣੀ ਹੋਂਦ ਕਾਇਮ ਹੋ ਗਈ। ਪਰ ਇੱਕ ਖਿਆਲ ਕਰਿਓ, ਕੜਾ ਟੁੱਟੇਗਾ, ਛਾਪ ਪੁਰਾਣੀ ਹੋ ਕੇ ਟੁੱਟੇਗੀ, ਹਾਰ ਟੁੱਟੇਗਾ, ਸੋਨਾ ਖਤਮ ਨਹੀਂ ਹੋਵੇਗਾ। ਜਦੋਂ ਇਹ ਟੁੱਟੇਗਾ ਮੁੜ ਕੇ ਸੋਨਾ ਹੀ ਬਣ ਜਾਏਗਾ। ਸੋਨਾ ਤਾਂ ਸੋਨਾ ਹੀ, ਸੋਨਾ ਨੇ ਥੋੜ੍ਹਾ ਖਤਮ ਹੋ ਜਾਣਾ। ਉਹਦੀ ਆਪਣੀ ਹੋਂਦ ਜਿਹੜੀ ਉਹਨੇ ਆਪਣੀ ਸ਼ਕਲ ਬਣਾ ਲਈ ਸੀ ਨਾ ਸੋਨੇ ਵਿੱਚੋਂ ਵੱਖ, ਜਿਹਨੂੰ ਉਹ ਕਹਿੰਦਾ ਸੀ ਮੈਂ ਖੂਬਸੂਰਤ ਹਾਂ। ਹੁਣ ਸੋਨੇ ਦੇ ਮੁਕਾਬਲੇ ਤੇ ਕੜੇ ਨੇ ਤਾਂ ਕਹਿਣਾ ਮੈਂ ਖੂਬਸੂਰਤ ਹਾਂ, ਸੋਨੇ ਦੇ ਮੁਕਾਬਲੇ ਤੇ ਹਾਰ ਨੇ ਤਾਂ ਕਹਿਣਾ ਮੈਂ ਖੂਬਸੂਰਤ ਹਾਂ, ਕਿਉਂਕਿ ਗੱਲ ਵਿੱਚ ਲੋਕਾਂ ਨੇ ਹਾਰ ਪਾਉਣਾ, ਸੋਨੇ ਦੀ ਡਲੀ ਤਾਂ ਪਾਉਣੀ ਨਹੀਂ। ਕੰਨਾਂ ਵਿੱਚ ਲੋਕਾਂ ਨੇ ਕਾਂਟੇ ਪਾਉਣੇ ਨੇ, ਸੋਨੇ ਦੀ ਡਲੀ ਤਾਂ ਲਟਕਾਉਣੀ ਨਹੀਂ, ਕਿਉਂਕਿ ਉਹ ਸੋਹਣੀ ਨਹੀਂ। ਕਾਂਟਾ ਸੋਹਣਾ ਹੋ ਗਿਆ, ਉਹ ਸੋਹਣੀ ਨਹੀਂ, ਹਾਰ ਸੋਹਣਾ ਹੋ ਗਿਆ, ਉਹਦੀ ਆਪਣੀ ਹੋਂਦ ਹੈ। ਪਰ ਉਹਦੇ ਸੋਹਣੇਪਣ ਦੇ ਹੰਕਾਰ ਨੇ ਉਹਨੂੰ ਓਨੀ ਦੇਰ ਸੋਨਾ ਨਹੀਂ ਬਣਨ ਦੇਣਾ ਜਿੰਨੀ ਦੇਰ ਉਹ ਕੜਾ ਟੁੱਟਦਾ ਨਹੀਂ, ਜਿੰਨੀ ਦੇਰ ਹਾਰ ਟੁੱਟਦਾ ਨਹੀਂ। ਉਹ ਉਹਨੂੰ ਹੋਂਦ ਕਾਇਮ ਕੀਤੀ ਬੈਠਾ ਆਪਣੀ, ਤੇ ਇੰਨਾ ਹੰਕਾਰ ਬਣਾਈ ਬੈਠਾ, ਉਹ ਇਹ ਵੀ ਭੁੱਲ ਗਿਆ ਕਿ ਇਸੇ ਸੋਨੇ ਵਿੱਚੋਂ ਹੀ ਬਣਿਆ, ਤੇ ਜਿਸ ਦਿਨ ਮੈਂ ਟੁੱਟਿਆ ਮੁੜ ਕੇ ਸੋਨੇ ਵਿੱਚ ਸ਼ਮਲ ਹੋ ਜਾਣਾ ਹੈ, ਹਾਰ ਖਤਮ ਹੋਣਾ ਹੈ, ਸੋਨਾ ਖਤਮ ਨਹੀਂ ਹੋਣਾ। ਕਣਕ ਕਟਕ, ਕਣਕ ਕਹਿੰਦੇ ਨੇ ਸੋਨੇ ਨੂੰ, ਕਟਕ ਕਹਿੰਦੇ ਨੇ ਗਹਿਣੇ ਨੂੰ। ਕਣਕ ਕਟਕ ਜੈਸੇ ਭੂਲ ਪਰੇ, ਜਿਵੇਂ ਕਣਕ ਤੇ ਕਟਕ ਵਿੱਚ, ਸੋਨੇ ਤੇ ਸੋਨੇ ਦੇ ਗਹਿਣੇ ਵਿੱਚ ਭੁਲੇਖਾ ਹੈ ਨਾ, ਬਸ ਇਵੇਂ ਸਾਡੇ ਜੀਵਨ ਦਾ ਭੁਲੇਖਾ ਹੈ। ਅਸੀਂ ਆਪਣੀ ਹੋਂਦ ਲੈ ਕੇ ਇੱਥੇ ਬੈਠੇ ਹਾਂ ਕਿ ਸਾਨੂੰ ਰੱਬ ਭੁਲਿਆ ਹੋਇਆ ਹੈ, ਸਾਡਾ ਉਹਦਾ ਮਿਲਾਪ ਜਿਹੜਾ ਸੀ ਉਹਦੇ ਦਰਮਿਆਨ ਉਹ ਹਾਂ ਹੋਂਦ ਜਿਹੜੀ ਹੈ ਨਾ ਉਹ ਦੀਵਾਰ ਬਣੀ ਖਲੋਤੀ ਹੈ। ਬਾਬਾ ਕਬੀਰ ਕਹਿਣ ਲੱਗੇ ਬਹੁਤ ਜ਼ਰੂਰੀ ਹੈ, ਕਣਕ ਕਟਕ ਜੈਸੇ ਭੂਲ ਪਰੇ, ਅਬ ਕਹਤੇ
ਕਹਿਣ ਨਾ ਆਇਆ ਉਹਦਾ ਇੱਕੋ ਤਰੀਕਾ ਹੈ ਕਿ ਜਿਹੜੀ ਜੇ ਦੋਨੋਂ ਵਰਨ ਗਵਾਏ ਜਿਵੇਂ ਰੱਬ ਨੇ ਆਪਣੀ ਹੋਂਦ ਕਾਇਮ ਨਹੀਂ ਰੱਖੀ ਉਹ ਕਹਿੰਦਾ ਮੈਨੂੰ ਵੱਖਰੀ ਹੋਂਦ ਦੀ ਲੋੜ ਨਹੀਂ ਮੈਂ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹਰ ਇੱਕ ਥਾਂ 'ਤੇ ਟਿਕਣਾ ਆ ਤੂੰ ਵੀ ਆਪਣੀ ਹੋਂਦ ਪਵਾ ਫਿਰ ਮੇਰੇ ਕੋਲ ਆ ਜੇ ਰੱਬ ਨਾਲ ਮਿਲਾਪ ਲੈਣਾ ਚਾਹੁੰਦਾ ਆਪਣੀ ਹੋਂਦ ਗਵਾਉਣੀ ਪੈਗੀ ਬਸ ਆ ਬਾਬਾ ਕਬੀਰ ਜੀ ਦੇ ਸ਼ਬਦ ਦੀ ਇੱਕ ਪ੍ਰੇਮ ਨੇ ਕਹਿਣ ਲੱਗੇ ਐਗਜ਼ਾਮਪਲ ਦੇ ਕੇ ਐਗਜ਼ਾਮਪਲ ਇਹ ਦਿੰਦੇ ਨੇ ਕਿ ਹਲਦੀ ਪੀਰੀ ਹਲਦੀ ਦਾ ਰੰਗ ਪੀਲਾ ਹੁੰਦਾ ਚੂਨੇ ਦਾ ਰੰਗ ਚੂਨ ਦਾ ਜਿਹੜਾ ਪਾਣੀ ਵਿੱਚ ਪੈਂਦਾ ਉਸ ਚੂਨੇ ਦਾ ਰੰਗ ਸਫੈਦ ਹੁੰਦਾ ਪਰ ਜਦੋਂ ਇਕੱਠੇ ਹੁੰਦੇ ਨੇ ਉਹ ਆਪਣਾ ਪੀਲਾਪਣ ਛੱਡ ਦਿੰਦਾ ਉਹ ਆਪਣਾ ਚਿੱਟਾਪਣ ਛੱਡ ਦਿੰਦਾ ਤੇ ਉਹਨਾਂ ਦੋਹਾਂ ਵਿੱਚੋਂ ਫਿਰ ਇੱਕ ਸਾਂਝਾ ਰੰਗ ਮਿਲਦਾ ਹੈ ਉਹ ਨਿਕਲਦਾ ਲਾਲ ਰੰਗ ਕਹਿਣ ਲੱਗੇ ਉਹ ਉਹਨਾਂ ਦੇ ਵਿੱਚ ਇਹ ਦੋਨੋਂ ਹੀ ਆਪਣਾ ਆਪਣਾ ਰੰਗ ਨਾ ਛੱਡਣ ਕੁਝ ਵੀ ਨਾ ਬਣ ਸਕੇ ਬਾਬਾ ਕਬੀਰ ਕਹਿਣ ਲੱਗੇ ਕਬੀਰ ਹਰਦੀ ਪੀਅਰੀ ਚੂਨਾ ਉਜਰ ਬਹਾਏ ਰਾਮ ਸੁਨੇਹੀ ਤੋਂ ਮਿਲੇ ਜੋ ਦੋਨੋਂ ਵਰਨ ਗਵਾਏ ਹਰਦੀ ਪੀ ਰਤਨ ਹਰੇ ਚੂਨ ਚਿਹਨ ਨਾ ਰਹਾ ਹੈ ਬਲਹਾਰੀ ਇਹ ਪ੍ਰੀਤ ਕੋ ਜੈ ਜਾਤ ਵਰਨ ਕੁਲ ਜਾਏ ਕਹਿਣ ਲੱਗੇ ਪ੍ਰੀਤ ਤਾਂ ਉਹ ਹੈ ਜਿੱਥੇ ਆਪਣੀ ਹੋਂਦ ਖਤਮ ਕਰ ਦੇਵੇ ਰੱਬ ਦਾ ਪਿਆਰਾ ਆਪਣੇ ਆਪ ਨੂੰ ਆਖੇ ਤੇ ਭੇਖ ਬਣਾਈ ਫਿਰੇ ਰੱਬ ਦਾ ਪਿਆਰਾ ਆਪਣੇ ਆਪ ਨੂੰ ਆਖੇ ਤੇ ਆਪਣੀ ਵੱਖਰੀ ਸੰਪਰਦਾ ਤੇ ਆਪਣੀ ਹੋਂਦ ਕਾਇਮ ਕਰਨ ਪਿੱਛੇ ਲੜਦਾ ਝਗੜਦਾ ਫਿਰੇ ਡਾਂਗਾਂ ਕਹਿਣ ਲੱਗੇ ਇਹ ਹੋਂਦ ਵਾਲਾ ਮਨੁੱਖ ਜਿਹੜਾ ਹੈ ਨਾ ਉਹ ਰੱਬ ਨਾਲ ਮਿਲਾਪ ਨਹੀਂ ਕਰ ਸਕਦਾ ਬਾਬਾ ਕਬੀਰ ਜੀ ਦਾ ਇੱਕੋ ਹੀ ਫੈਸਲਾ ਕਹਿੰਦੇ ਕਬੀਰ ਹਰ ਦੀ ਜਾਤ ਵਰਨ ਦੇ ਵਿੱਚ ਜਕੜੇ ਹੋਏ ਹਾਂ ਸਾਡੇ ਗੁਰਦੁਆਰੇ ਜਾਤਾਂ ਦੇ ਆਧਾਰ 'ਤੇ ਵੱਖਰੇ ਵੱਖਰੇ ਬਣੇ ਹੋਏ ਨੇ ਗੁਰਦੁਆਰੇ ਤਾਂ ਕਿਤੇ ਰਹਿ ਗਿਆ ਮੈਂ ਬਲਕਿ ਹੈਰਾਨ ਹੁੰਦਾ ਹਾਂ ਤੁਸੀਂ ਦੇਖਦੇ ਹੀ ਹੋਵੋਗੇ ਅਖਬਾਰਾਂ ਵਿੱਚ ਰਿਸ਼ਤਿਆਂ ਲਈ ਕਈ ਵਾਰ ਐਡਵਰਟਾਈਜ਼ਮੈਂਟ ਆਉਂਦੀ
ਉੱਥੇ ਲਿਖਿਆ ਹੁੰਦਾ ਹੈ ਕਿ ਇਸ ਜਾਤ ਦਾ ਹੀ ਬੱਚਾ ਹੋਵੇ। ਕਿ ਸਾਨੂੰ ਜਾਤ ਪਾਤ ਦਾ ਮਸਲਾ ਹੈ, ਅਸੀਂ ਕਹਿੰਦੇ ਜ਼ਰੂਰ ਹਾਂ, ਪਰ ਤਿਆਗਦੇ ਨਹੀਂ ਆਪਣੀ ਹੋਂਦ ਅਤੇ ਹੋਂ। ਅਸੀਂ ਮਨੁੱਖ ਨਹੀਂ ਬਣਨਾ ਚਾਹੁੰਦੇ, ਅਸੀਂ ਬੰਦੇ ਨਹੀਂ ਬਣਨਾ ਚਾਹੁੰਦੇ। ਅਤੇ ਫਿਰ ਅਸੀਂ ਕਹਿੰਦੇ ਹਾਂ ਵੀ ਬ੍ਰਹਮਣਿਜ਼ਮ ਸਾਡੇ 'ਤੇ ਕਿਵੇਂ ਨਹੀਂ। ਬ੍ਰਾਹਮਣ ਨੇ ਆਖਿਆ ਸੀ ਕਿ ਖੱਤਰੀ ਬ੍ਰਾਹਮਣ ਸ਼ੁੱਧ ਵੈਸ਼, ਅਤੇ ਗੁਰੂ ਨੇ ਤਾਂ ਆਖਿਆ ਸੀ ਵੀ ਉਪਦੇਸ਼ ਚੋਂ ਵਰਨਾ ਕੋ ਸਾਂਝਾ। ਪਿੰਡਾਂ 'ਚ ਗੁਰਦੁਆਰੇ ਗੁਰਦੁਆਰੇ ਤਾਂ ਕਿਤੇ ਰਹਿ ਗਏ, ਸਿਵੇ ਵੱਖਰੇ ਵੱਖਰੇ ਬਣੇ ਹੋਏ ਨੇ। ਪਿੰਡਾਂ 'ਚ ਰਹਿਣ ਵਾਲੇ ਬਜ਼ੁਰਗਾਂ ਨੂੰ ਪਤਾ ਹੋਏਗਾ ਪਿੰਡਾਂ 'ਚ ਸਿਵੇ ਵੀ ਵੱਖਰੇ ਵੱਖਰੇ ਨੇ। ਕੋਈ ਆਪਣੇ ਬਜ਼ੁਰਗ ਦੀ ਲਾਸ਼ ਸਰੀਰ ਵੀ ਦੂਜੇ ਸਿਵੇ ਵਿੱਚ ਜਾ ਕੇ ਸੰਸਕਾਰ ਨਹੀਂ ਕਰ ਸਕਦਾ, ਕਿਉਂਕਿ ਉਹ ਮੇਰੀ ਜ਼ਾਤ ਦਾ ਨਹੀਂ। ਇਸ ਲਈ ਪਰਿਓ ਇਸ ਤਰ੍ਹਾਂ ਅਸੀਂ ਗੁਰਦੁਆਰੇ ਬਣਾ ਕੇ ਤੀਰਥਾਂ 'ਤੇ ਇਸ਼ਨਾਨ 'ਤੇ ਵੱਡੀਆਂ ਵੱਡੀਆਂ ਯਾਤਰਾ ਕੱਢ ਕੇ ਰੱਬ ਨੂੰ ਢੂੰਢ ਲਵਾਂਗੇ। ਅਸੀਂ ਤਾਂ ਰੱਬ ਨੂੰ ਵੀ ਇੱਕ ਮਜ਼ਾਕ ਬਣਾ ਕੇ ਰੱਖ ਲਿਆ ਹੈ, ਔਰ ਇਹ ਸਾਡੀ ਮਰਜ਼ੀ ਨਾਲ ਜਿੱਥੇ ਮਰਜ਼ੀ ਅਸੀਂ ਰੱਬ ਪੈਦਾ ਕਰ ਲਵਾਂਗੇ। ਬਾਬਾ ਕਬੀਰ ਜੀ ਨੇ ਕੋਈ ਲਿਹਾਜ਼ ਨਹੀਂ ਕੀਤਾ, ਇਹਨੂੰ ਕੰਟਰੋਵਰਸੀ ਨਾ ਸਮਝੋ। ਮੈਂ ਤਾਂ ਕਈ ਵਾਰੀ ਕਹਿੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜੇ ਸਮਝਣਾ ਹੈ, ਪੜ੍ਹਨਾ ਹੈ, ਅਤੇ ਅਲਫਜ਼ ਹੀ ਸਾਨੂੰ ਕੰਟਰੋਵਰਸੀ ਦਾ ਦਰਮਿਆਨ ਵਿੱਚੋਂ ਕੱਢਣਾ ਪੈਣਾ ਹੈ, ਤਾਂ ਹੀ ਕਿਤੇ ਪਹੁੰਚਾ ਕਰਨਾ। ਅੱਜ ਕੱਲ੍ਹ ਬਹੁਤ ਵਰਤਿਆ ਜਾ ਰਿਹਾ ਹਰ ਇੱਕ ਦੀ ਜ਼ਬਾਨ ਬੰਦ ਕਰਨ ਵਾਸਤੇ, ਇੱਕੋ ਹੀ ਗੱਲ ਰੱਖੀ ਜਾਵੇ ਜੀ ਕੰਟਰੋਵਰਸੀ ਵਾਲੀ ਕੋਈ ਗੱਲ ਨਾ ਕਰੋ। ਉਹ ਪਰ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਫਿਰ ਪੜ੍ਹਨੀ ਛੱਡ ਦਿਓ। ਇਸ ਲਈ ਜੇ ਅਸੀਂ ਕੁਝ ਸਮਝਣਾ ਹੈ ਤਾਂ ਹੁਣ ਬਾਬਾ ਕਬੀਰ ਜੀ ਨੇ ਕਿਹੜੇ ਸਪਸ਼ਟ ਲਫ਼ਜ਼ ਕਹੇ, ਰੱਬ ਨੂੰ ਨਹੀਂ ਮਿਲ ਸਕਦਾ ਜਿੰਨੀ ਦੇਰ ਤੂੰ ਆਪਣੇ ਆਪਣੀ ਹੋਂਦ ਕਾਇਮ ਕੀਤੀ ਬੈਠਾ ਹੈ। ਸਤਿਗੁਰੂ ਬਖਸ਼ਿਸ਼ ਕਰੇ, ਸਾਨੂੰ ਬਾਣੀ ਦੀ ਅਗਵਾਈ ਬਖਸ਼ੇ ਅਤੇ ਜੀਵਨ ਜਿਉਣਾ ਸਿਖਾਵੇ, ਤਾਂ ਕਿ ਅਸੀਂ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਵੇਂ ਜੀਵਨ ਜੀਏ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਾਡੀ ਅਗਵਾਈ ਕਰਕੇ ਸਾਨੂੰ ਮਨੁੱਖੀ ਜੀਵਨ ਜਿਉਣਾ ਸਿਖਾਉਂਦੇ। ਆਖਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ ਕਚੋਰ ਲੋਕ ਪਚਾਰਾ ਕਰੇ, ਦਿਨ ਰਾਤ ਵਾਲੇ ਜੀਵਨ ਨਾ ਜੀ। ਜੇ ਤੈਨੂੰ ਨਿਰੰਕਾਰ ਨੇ ਮਨੁੱਖਾ ਜਾਮਾ ਦਿੱਤਾ ਹੈ ਅਤੇ ਇਹ ਉਹਨੇ ਆਪਣੇ ਰਹਿਣ ਲਈ ਟਿਕਾਣਾ ਬਣਾਇਆ, ਤੂੰ ਵੱਖਰਾ ਰੱਬ ਕਿੱਥੇ ਢੂੰਡਦਾ ਫਿਰਨਾ ਹੈ। ਇਹਨਾਂ ਸ਼ਬਦਾਂ ਨਾਲ ਮਦਰ ਜਾ ਚੁੱਕਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।